हाँ जी सारे सत श्री अकाल। तो भाई अज आप करते हैं मशीना साफ स्टार कंबाइन आप कढ़ ली सी बहर इधर तो दूजिया अपन मशीना साइड थले खड़िया ने कली कली बहर कढ़ के साफ करके अपने हवा मार के अंदर ला देनी मशीना। पप्पू लगे वा मशीन साफ कर ऐतकी भाई कम थोड़ा जहा लंबा चल गया थानू पता मीह मूह पेंदे रहे सीजन च ते तकरीबन ला लो तुसीं दो डेढ़ दो महीने लंघ गए ते आपां इहनू हुण स्टार मशीन नूं पहला साफ करदे आं अपने वाली रूप मशीन साफ करके चल फिर अपन इधरों काम निबड़ जू टेंशन फ्री हो जाएंगे फिर अपन लाउनी आ थ्रैसर दे बारह नवीं वो किसी का थ्रैसर आया हुआ वर्कशॉप करिए काम शुरू बारह लाने अपन बारह लिया सी भाई जी अपन ने देखो अंदर मालवाड़ियाँ लिया बारह ये वर्कशॉप वाले काम आप करा बाद चो पहला हूँ मशीन साफ करा दिए मंत्री आया नहीं है अपना मंत्री कहना आना मैं फोन किया मंत्री ने भी आ जा मशीना साफ कर दिए पप्पू जा भजा यार जाया करे वो आए कि मैं रख लूगा यार जा मेरा मल जा ले आ यार भज के ले पप्पू वो हवा मारनी सौखी है मैं उन्होंने फोन करता जा करे पे घरे चक लिया इदा मशीना ना साफ करके खड़ा चाहिए जिम्मे हम बिच की करते हैं इनू धवा आते हैं धवा के फिर जल पै जी बैड से पानी पूनी खड़ जाता धवाने तो अपने उदो आए जो बस रिपेयर करनी है वीडियो ऐतकी तो भाई वीडियो बनाने का भी टाइम नहीं लग्या तुसी देख लो मीह पै गए मीह नाल फिर आए हुंदा सी आप ही मैं ज़्यादा मशीन चलाई गिला जगह धरती गिली हो जाती है गिली करके फिर थानू पता गिले च थोड़ी मुश्किल होंगी बढ़नी ये भी तजर्बे नाले बढ़ी जाती है जीरी फिर गिले च बगैर तजर्बे तो फिर कानू बढ़ी जाती है नहीं तो फिर डीजल ही फूक होता आप हूँ कराने बस मशीन साफ करा के नाले तुम दस दें की सीजन से कम किए अपने बलोर लिया भाई घरों जाके यदा कहते हो गया खराब हो गया चल तो आप हूँ हवा मार दें कंप्रैसर नाल इन पाइप ला लें इन आओ थोड़ा जहाँ बट बो लाइन आउट है थोड़ी इधर हो उधर ऐ कर थोड़ा अंदर अंदर आ की किया इन इधर कर फिर उधर हिलना ही सी ऐ कि हिलूगा चकना तो उधरों लाइन नेड़े ला दे बस वो नेड़े वो कुछ कड हो जो पाइप जी पाए चल चल कर दे बस देखिए ठीक है पाइप
ਪੈਪ ਲਾਉਂਦਾ ਇਹਨੂੰ ਐਂ ਗਰਮ ਕਰਕੇ ਮੂਹਰੋਂ ਇਹਨੂੰ ਕੱਢਦੇ ਵਿੱਚੋਂ ਨਵਾਂ ਪਿਆ ਪੈਪ ਲੰਬਾ ਅੰਦਰ ਉਹ ਦੇਵਾਂ ਛੱਡ ਪੈਪ ਲਾ ਕੇ ਅਤੇ ਆਪਾਂ ਜੀ ਚਲਾਉਂਦੇ ਹਾਂ ਕੰਪਰੈਸਰ ਇਹਦੇ ਨਾਲੇ ਮਾਰਦੇ ਹਾਂ ਵਾ ਫਿਰ ਨਵਾਂ ਲੈ ਆਵਾਂਗੇ ਉਰੇ ਬੜਾ ਪੈਪ ਪਿਆ ਸੀ ਯਾਰ ਨਵਾਂ ਆਹ ਟਰੰਕ ਜਿਹਾ ਖੋਲ ਕੇ ਦੇਖ ਇਹਦੇ ਵਿੱਚ ਤਾਂ ਨਹੀਂ ਹੈਗੇ ਓਕੇ ਮੇਰੇ ਪੈਨੇ ਆ ਇਹਨੂੰ ਪਹਿਲਾਂ ਦੇਖ ਲਾ ਪਾਇਪ ਕਿੰਨਾ ਲੰਬਾ ਕਿੰਨਾ ਹੈ ਨਹੀਂ ਉਹ ਫਿਰ ਮਸ਼ੀਨ ਨਾਲ ਲਾ ਲਾਂਗੇ ਦੂਜਾ ਮੋਟਰ ਚਲਾ ਕੇ ਦੇਖਾਂ ਉਹ ਇਹ ਤਾਂ ਟੂਟੀ ਵਾਲਾ ਪਾਇਪ ਹੈਗਾ ਪ੍ਰੈਸ਼ਰ ਬਣਾਊਗਾ ਲੀਕ ਹੋ ਜਾਣਾ ਚਾਹੀਦਾ ਉਹ ਤੂੰ ਵੀ ਬਸ ਬਣ ਗਿਆ ਕੰਮ ਫੜਾ ਸਿੰਘ ਸਿੰਘ ਜੀ ਦੇ ਦੇਖੋ ਜੋੜ ਲਾਉਣਾ ਪੂਏ ਤਾਂ ਸੁੱਟਰ ਉਹ ਇਸਲਾ ਮੇਰੇ ਕਹਿੰਦੇ ਕਿਉਂ ਆਈ ਜਾਂਦਾ ਯਾਰ ਆਹੋ ਆ ਪਾਸਾ ਚੜਾ ਦੇ ਇੱਧਰ ਉਹ ਲਾ ਲਾ ਆਪਣੇ ਲਈ ਰੂਪ ਮਸ਼ੀਨ ਤੋਂ ਲਾ ਲਾ ਗਰਮ ਕਰ ਲੈ ਇਹਨੂੰ ਮਾੜਾ ਜਿਹਾ ਗਰਮ ਕਰ ਲਾ ਠੰਡਾ ਨਾ ਚੜੀ ਨੇ ਪੇਟ ਉੱਤਰ ਜਾਣਾ ਮਾੜਾ ਗਰਮ ਕਰਕੇ ਚੜਾ ਦੇ ਮੈਂ ਉਹ ਤੋਂ ਲਾਉਣਾ ਪੈਪ ਤਾਂ ਇੱਕ ਪੈਪ ਤਾਂ ਆਪਣੇ ਕੋਲ ਤਿੰਨ ਸੀ ਯਾਰ ਆਹ ਮਸ਼ੀਨ ਦਾ ਸੀ ਇਹਦਾ ਸੀ ਇਹਦਾ ਸੀ ਇੱਕ ਦੋ ਪੈਪ ਇੱਕ ਪੈਪ ਕਿੱਥੇ ਗਿਆ ਚਲਾਈ ਖੋਲਣ ਵਾਲੇ ਉਹ ਪੈਪ ਲੱਗਿਆ ਬਹੁਤ ਵਿੱਚ ਉਹ ਉਹਦੇ ਵਾਲਾ ਹਵਾ ਮਾਰਨ ਨਿਪਲ ਚੂੜ ਲਾ ਲੈਂਦੇ ਨੇ ਗਰਮ ਕਰ ਦਿੰਦਾ ਥੋੜ੍ਹਾ ਜਿਹਾ ਹੋਰ ਚਾਰਾ ਜ਼ੋਰ ਨਾਲ ਮਾਰਦੀ ਹੈ ਇਹ ਪਿੱਤਲੀ ਜਿਹੀ ਹੁੰਦੀ ਹੈ ਚੂਟੀ ਹੱਥ 'ਚ ਆ ਜਾਣੀ ਹੈ ਹੋਰ ਹੁਣ ਉਹ ਸਾਈਡ ਤੋਂ ਆਉਣ ਵਾਲਾ ਸੀਕ ਲਾ ਯਾਰ ਬਸ ਬਸ ਤੇਰਾ ਲਾਈਟਰ ਜਾਂ ਪਿੱਕਰ ਪਿੱਕਰ ਗਿਆ ਸੇਖ ਲਿਆ ਇੰਨਾ ਟਾਈਮ ਨੂੰ ਚਲਾਉਣ ਨੂੰ ਨਹੀਂ ਹੁੰਦਾ ਇਹ ਲਾਈਟਰ ਜਾਂ ਤਾਂ ਮਾੜਾ ਜਿਹਾ ਲਾ ਕੇ ਅੱਗ ਚੱਲ ਬੁਝਾ ਲੈਣ ਜਦ ਪਲਾਸਕਰ ਦਾ ਆਉਂਦਾ ਉਹ ਪਿੱਕਰ ਜੀ ਉੱਤੋਂ ਸਾਰਾ ਬਸ ਪੱਪੂ ਤੂੰ ਵੀ ਸੱਚੀ ਗੱਲ ਆ ਪੁੱਠੇ ਕੰਮ ਕਰਦਾ ਜਦ ਨਹੀਂ ਜਾਂਦਾ ਆਹੋ ਹਾਂ ਹਾਂ ਤੇ ਇਹ ਉਰੇ ਰੱਖਿਆ ਵਾ ਤੀ ਮੇਰਾ ਕਰਤਾ ਕੰਮ ਜਿਹਾ ਤਾਂ ਆਹ ਖੋਲ ਪੈਪ ਮਨ ਤੇ ਜਾਂਦਾ ਉਹ ਕਹਿੰਦਾ ਮੈਂ ਉਹ ਗੰਡਾ ਤਾਰ ਲਾਉਣ ਲੱਗਿਆ ਬਲਦਾਂ ਨੇ ਜਿੱਥੇ ਉਹ ਬਰਸੀਨ ਬੀਜਿਆ ਵਾ ਆਪਾਂ ਹੁਣ ਲਾ ਕੇ ਬਈ ਪੈਪ ਪੂਪ ਚਲਾ ਦਈਏ ਇਹਦਾ ਕੰਮ ਚਾਰੇ ਉਹਦੀ ਉਹ ਬਾਲਜਾ ਬੰਦ ਕਰ ਦੇ ਬੰਦ ਹੈ ਅਰੇ ਹਾਂ ਨੇਪਲ ਲੱਗਿਆ ਮੂਹਰੇ ਹੈ ਪਹਿਲਾਂ ਉੱਪਰੋਂ ਸਾਫ਼ ਕਰ ਲਈ ਚੱਲ ਲੈ ਜਾ ਪਾਈਪ ਲੈ ਜਾ ਉੱਥੇ ਪਹਿਲਾਂ ਇੰਜਣ ਸਾਫ਼ ਕਰਦੇ ਇੰਜਣ ਹਵਾ ਤਾਂ ਛੱਡ ਦਿੰਦਾ ਹਵਾ ਹਾਲੇ ਬਣ ਪਾ ਜਾਣਗੇ ਉਹ ਹੱਥ ਨਾਲ ਪਹਿਲਾਂ ਉਹ ਕੱਢ ਦਿੰਦਾ ਥੋੜ੍ਹੀ ਜਿਹੀ ਲੈ ਲਾ ਥੋੜ੍ਹੀ ਨਾਲ ਸਾਫ਼ ਕਰਦੀ ਪਹਿਲਾਂ ਇਹਦੇ ਨਾਲ ਕੀ ਕਰਨਾ
ਪਹਿਲਾਂ ਉਹ ਲਾਇਆ ਥੋੜ੍ਹੀ ਜੀ ਉਹ ਇੰਜਣ ਥੱਲੇ ਨੂੰ ਕੱਢਣਾ ਚੁੰਡਾ ਪਹਿਲਾਂ ਹੱਥ ਨਾਲ ਕੱਢ ਇਹਨੂੰ ਬੰਦ ਕਰ ਹਲੇ ਬਸ ਇੰਜਣ ਸਾਫ਼ ਕਰਕੇ ਹਵਾ ਮਾਰ ਦੇ ਇੰਜਣ ਸਾਫ਼ ਹੋ ਗਿਆ ਮਨ ਮਸ਼ੀਨ ਸਾਫ਼ ਹੋ ਗਈ ਲੀਵਰ ਲਾ ਦਾਂਗੇ ਫਿਰ ਇਹਦਾ ਹੋਰ ਚੱਲ ਰੋਟੀ ਖਾ ਕੇ ਜੀ ਪਹਿਲਾਂ ਇੱਕ ਵੱਜ ਗਿਆ ਰੋਟੀ ਖਾ ਕੇ ਕਰ ਦਿੰਦੇ ਇੰਜਣ ਤਾਂ ਹੋ ਗਿਆ ਸਾਹਿਬ ਅੰਦਰੋਂ ਵੀ ਮਾਰਤਾ ਬਾਪੂ ਬੁਰਸ ਜਾਂ ਫੇਰਤਾ ਬਸ ਹਵਾ ਮਾਰਦੀ ਹੁਣ ਤੇ ਟੈਂਕ ਟੁੰਕ ਥੱਲੋਂ ਕੱਢਦੀ ਸਾਰਾ ਗਰਦ ਤਾਂ ਇੰਨੀ ਹੈ ਨਹੀਂ ਮਾੜੀ ਮੋਟੀ ਜੋ ਹਵਾ ਨਾਲ ਉੱਡ ਜਾਣੀ ਹੈ ਯਾਰ ਹੈਂ ਇਹਦਾ ਟੈਂਕ ਨੂੰ ਸਪੋਰਟ ਲਾਈ ਹੁੰਦੀ ਆ ਹਵਾ ਮਾਰਦੀ ਇਹਦੇ ਅੰਦਰ ਦੀ ਗਰਦ ਐਂ ਤਾਂ ਵਗ ਜਾਂਦੀ ਆ ਚੱਲ ਮਾਰਦੇ ਹੁਣ ਦੂਲਟ ਹਵਾ ਮਾਰਦੀ ਆਹ ਲੀਰ ਲੂਰ ਆਏ ਨਾ ਛੱਡਿਆ ਕਰ ਉੱਤੇ ਕਿਤੇ ਇੱਥੇ ਬੈਲਟਾਂ ਬੁਲਟਾਂ ਕੋਲ ਸੜਤੀ ਆਏ ਪਹਿਲਾਂ ਹਾਂ ਮੋਟਾ ਮੋਟਾ ਹੱਥ ਨਾਲ ਝਾੜ ਦੇ ਬਸ ਹੱਥ ਨਾਲ ਝਾੜ ਕੇ ਬਾਅਦ 'ਚ ਮਾਰਦੀ ਹਵਾ ਚੱਲ ਇਹਦੇ ਜ਼ਿਆਦਾ ਕਰਦੇ ਨਾ ਇੱਥੇ ਇਹਨਾਂ 'ਚ ਰਹਿ ਜਾਂਦੀ ਆ ਉਰੇ ਆਹ ਲਾਈਟਾਂ ਲੂਟਾਂ ਕੋਲ ਅੰਦਰ ਆ ਚੈਨਰੀਆਂ ਜਿਹੀਆਂ ਮੋੜੀਆਂ ਵੀ ਹੁੰਦੀਆਂ ਨੇ ਬਾਕੀ ਤਾਂ ਫਿਰ ਤਾਂ ਹੋਰ ਨਹੀਂ ਕੋਈ ਚੱਕਰ ਆਹੋ ਉਹਨੂੰ ਬਸ ਦੂਜੀ ਮਸ਼ੀਨ ਨੂੰ ਲਾ ਦਾਂਗੇ ਕਿ ਭਾਈ ਆਹ ਝਾੜ ਤੂੰ ਇੱਧਰ ਪੱਪੂ ਲੱਗਿਆ ਆਪਣਾ ਸਾਫ਼ ਕਰਨ ਮਸ਼ੀਨ ਅਤੇ ਬਾਈ ਐਤਕੀ ਜੀਰੀ 'ਚ ਇਹੋ ਜਿਹਾ ਕੰਮ ਹੋ ਗਿਆ ਇੱਕ ਇੱਦਾਂ ਦਾ ਬੀਜ ਸੀ ਇੰਨਾ ਚੀੜਾ ਬੀਜ ਸੀ ਨਾ ਬਹੁਤ ਜ਼ਿਆਦਾ ਬਹੁਤ ਉਹਦੀ ਬੀਜ ਦੀ ਲੰਬਾਈ ਵੀ ਬਹੁਤ ਸੀ ਤਕਰੀਬਨ 5-5 ਫੁੱਟ ਦਾ ਝੋਨਾ ਹੋਊ ਜੀਰੀ ਅਸੀਂ ਵੱਢਣ ਲੱਗ ਗਏ ਸਾਰਾ ਦਿਨ ਵੱਢੀ ਗਏ ਸ਼ਾਮ ਜੇ ਨੂੰ ਆ ਕੇ 6 ਵਜੇ ਨਾ ਅਤੇ ਉਹ ਭਾਅ ਜੀ ਕਹਿਣ ਲੱਗੇ ਟਰਾਲੀ ਫੁੱਲ ਕਰ ਦਿਓ ਦੋਵੇਂ ਮਸ਼ੀਨਾਂ ਲਾ ਕੇ ਟਰਾਲੀ ਭਰਤੀ ਉਹਦੀ ਬਸ ਲਾਸਟ ਵਾਲਾ ਟੈਂਕ ਰਹਿੰਦਾ ਸੀ 6 ਵਜੇ ਤੁਹਾਨੂੰ ਪਤਾ ਤਰੇਲ ਬਹੁਤ ਜ਼ਿਆਦਾ ਪੈ ਜਾਂਦੀ ਆ ਉੱਧਰ ਸਿਆਰ ਪੇਰੀ 'ਚ ਆਰਾਮ ਨਾਲ ਹੱਥ ਚੱਲ ਰਹੀ ਸੀ ਮਸ਼ੀਨ ਕੋਈ ਚੱਕਰ ਨਹੀਂ ਮੈਂ ਹੀ ਚਲਾਉਂਦਾ ਸੀ ਜਾਂਦੀ ਜਾਂਦੀ ਇੱਕਦਮ ਮਸ਼ੀਨ ਚੌਕ ਹੋ ਗਈ ਜਦੋਂ ਮੈਂ ਦੇਖਿਆ ਟੈਂਕ ਚੱਲ ਇੰਨੇ ਭਰਿਆ ਵਾ ਸੀ ਮਾਂ ਚੱਲ ਮੰਤਰੀ ਨੂੰ ਕਿਹਾ ਆਪਾਂ ਦਾਣੇ ਕੱਢ ਕੇ ਚੌਕ ਉੱਥੀ ਜਾ ਕੇ ਜਿੱਥੇ ਆਪਾਂ ਨੇ ਖੜ੍ਹਨਾ ਚੱਲ ਉੱਥੇ ਕੱਢ ਲਾਂਗੇ ਉਰੇ ਕਾਹਨੂੰ ਚਾਬੀਆਂ ਪਾਉਂਦੇ ਚੱਕਾਂਗੇ ਹੁਣ ਹਨੇਰੇ 'ਚ ਅਸੀਂ ਦਾਣੇ ਪਾ ਕੇ ਬਾਈ ਚਲੇ ਗਏ ਅਤੇ ਜਾ ਕੇ ਉੱਥੇ ਜਿੱਥੇ ਖੜ੍ਹਦੇ ਹਾਂ ਜਾ ਕੇ ਇਹਨਾਂ ਨੇ ਮੈਂ ਲੱਗ ਗਿਆ ਪਾਣੀ ਪੂਣੀ ਗਰਮ ਕਰਨ ਨਹਾਉਣ ਵਾਸਤੇ ਅਤੇ ਇਹਨਾਂ ਨੂੰ ਕਿਹਾ ਮੈਂ ਚੌਕ ਕੱਢ ਦਿਉ ਇਹਨਾਂ ਨੇ ਥਰੈਸਰ ਖਾਲੀ ਕਰਤਾ ਥਰੈਸਰ ਖਾਲੀ ਕਰਕੇ ਚੱਲ ਸ਼ਾਮ ਨੂੰ ਅਸੀਂ ਪੈ ਗਏ ਜਦ ਸਵੇਰੇ ਉੱਠੇ ਉੱਠ ਕੇ ਅਸੀਂ ਗਰੀਫ ਪਾਣੀ ਕਰ ਲਿਆ ਇਹਨਾਂ ਨੇ ਕਿ ਟਰਾਲਾ ਲਾ ਕੇ ਅਸੀਂ ਜਾਣਾ ਸੀ ਕਿਤੇ ਵੱਢਣ 9 ਵਜੇ ਸਵੇਰੇ ਉਹ ਮੈਂ ਮੇਰੇ ਹਰੇਕ ਗੱਲ ਹਰੇਕ ਕੋਈ ਵੀ ਕੰਮ ਇਹ ਕਰਦੇ ਨੇ ਤਾਂ ਮੈਂ ਚੈੱਕ ਕਰਨਾ ਜਦੋਂ ਇਹਨਾਂ ਨੇ ਚੌਕ ਚੂਕ ਕੱਢ ਕੇ ਪੈ ਗਏ ਸੀ ਰਾਤ ਨੂੰ ਸਵੇਰੇ ਕਟਰ ਅਸੀਂ ਪਾਇਆ ਨਾ ਉੱਥੇ ਟਰਾਲਾ ਕਟਰ ਤਾਰਿਆ ਟਰਾਲੇ 'ਤੇ ਤਾਰ ਕੇ ਮੈਂ ਚੱਲ ਲੀਵਰ ਲਾ ਕੇ ਦੇਖਾਂ ਮਾੜਾ ਜਿਹਾ ਖਾਲੀ ਆ ਥਰੈਸਰ ਜਦੋਂ ਲੀਵਰ ਲਾਇਆ ਤਾਂ ਪੂਲੀਆਂ ਸਾਰੀਆਂ ਸਿਰ ਮਾਰਨ ਉੱਪਰਲੀ ਵੀ ਗੈਲ ਡਰੰਮ ਵਾਲੀ ਵੀ ਥਰੈਸਰ ਵਾਲੀ ਤਾਂ ਬਹੁਤ ਜ਼ਿਆਦਾ ਤੁਸੀਂ ਇੱਦਾਂ ਦੇਖ ਲਓ ਬੈਲਟ ਨੇ ਸਲਿੱਪ ਨਹੀਂ ਮਾਰਿਆ ਨਹੀਂ ਜਦ ਮਸ਼ੀਨ ਚੌਕ ਹੋ ਜਾਂਦੀ ਆ ਬੈਲਟ ਮਾਲ ਜ਼ਿਆਦਾ ਆ ਗਿਆ ਥਰੈਸਰ 'ਚ ਬੈਲਟ ਸਲਿੱਪ ਮਾਰ ਜਾਂਦੀ ਆ ਬੈਲਟ ਨੇ ਬਿਲਕੁਲ ਵੀ ਦੇਖੋ ਸਲਿੱਪ ਨਹੀਂ ਮਾਰਿਆ ਬੈਲਟ ਨਾਲੇ ਡਾਊਨ ਜੀ ਓ ਆ ਤਿੜੀ ਜੀ ਹੋਈ ਬੈਲਟ ਹੈ ਲਿਆ ਕੇ ਨਵੀਂ ਰੱਖੀ ਹੋਈ ਮੰਤਰੀ ਕਹਿੰਦਾ ਵੀਰੇ ਬੈਲਟ ਪਾ ਲੈਂਦੇ ਮੈਂ ਨਹੀਂ ਕੁਛ ਨਹੀਂ ਹੁੰਦਾ ਇਹਨੇ ਚੱਲੀ ਜਾਣਾ ਉਹੀ ਬੈਲਟ ਸਾਰਾ ਸੀਜ਼ਨ ਲਾ ਗਈ ਅਤੇ ਦੇਖ ਲਓ ਤੁਸੀਂ ਬੈਲਟ ਨੇ ਬਿਲਕੁਲ ਵੀ ਸਲਿੱਪ ਨਹੀਂ ਮਾਰਿਆ ਸਾਫਟਾਂ ਖਿੱਚਤੀਆਂ ਬਲ ਪਾਤਾ ਸਾਫਟਾਂ 'ਚ ਇਹੋ ਜਿਹਾ ਝੋਨਾ
चीड़ा सी वह बहुत ज्यादा, जे इदा आप फट के ना तोड़न लग जाइए वो पराली टुटती नहीं सी, इन्ना चीड़ा सी। तुम दिखा मैं साफ देखो कि बल पै गया, गाय ड्रम वाली साफ का असं बल क्ढिया, पूलियां लाइया, सारी दिहाड़ी लंघी साड़ी पूलियां ला के, पूलियां बच्चे जो बट पै गया साफ च, पूलियां जाम हो गई, पूलियां बहुत औखिया पट्टिया। चलो मैं तुम्हें पता कम करते रहने आप तो ज़्यादा टाइम तो लाया नहीं, पूलियां पट के दोए हेड ड्रम वाली का बल क्ढे उच्चे प्रेसर वाली नवी पाई, तुम्हें साफ दिखा जी पई है उपरी पई है मशीन दे, देखियो तुम किमें उन्होंने बटा आ गया साफ्ट पप्पू और ही माड़ी साफ्ट लाही साफ्ट देखो भाई कि बटा गवाता है देख। ये चाबी वाली जगह तो घूम गई साफ्ट इदा, इस बल भी पै गया साफ्ट बहुत ज्यादा। देखो कितना बटा आया मैंने साफ्ट काटर घुमाती, काटर बच्चे बहुत टाइट हो गई, ये पुली कढ़ी फिर पूलर ला के बहुत ज़्यादा तकरीबन 1.5-2 इंच का सिर मार लग गई थी पूरी, इन्ना बल पै गया जी। तो उधर अपने मशीन दे भाई चक्कर असी देख लो तुम ज़्यादा नहीं बधाते होंगे, मेरे हाथ से चक्कर रखे हुए थे, फिर भी कदे आए नहीं सी भी सिट्टे च दाणा सड़ता मशीन ने जां कुछ होर हो गया ना, फिर ही जदों साफ्ट इदा बल पै गया जदों इन्हें इन्ने तकड़ी जीरी च भी परवाह नहीं मनी मशीन ने, फिर ही चक्कर ना ये बिल्कुल डाउन च चला लग गए भी बेशक होंगी है तो चौक हो जाए। देखो तुम ये बैल्ट कि गैल ड्रम वाली पुली है, इन्नी थले चलती है बिल्कुल इदा ला लो तुम जमें डाउन ने चक्कर, देखो नहीं अद्ध च बराबर जो चक्कर रखता हूँ कोई भी जड़ी मर्जी मशीन हो बंदा बराबर जे उन्ने के उधर उन्ने के उदे जे अपने छिट्टे छुट्टे च दाणा दूना आ जाता कई बार फिर तुम्हें पता चक्कर बधा लेंदा बंदा बस फिट टाइट कर लेंदा। असी ये चक्कर अज तक बस उस तो बाद फिर अभी चक्कर ये बिल्कुल नहीं सेड़े बिल्कुल डाउन च रखे, जे होंगी तो मशीन चौक हो जाए साफ्टा कुछ हो ना। देखो तुम इन्ना मेरा सिस्टम किया हो इस बस मेरी चैंबर से कम कर वा तुम दिखावे अपना कोई नहीं थोड़ा समा लगेगा कि सिस्टम किया हो तिने मशीन का अपना एक ने कम अपनी मशीन की देखो इन्नी खिचाई करती है मशीन कदे अज तक चौक नहीं होंगी, वो तो जीरी इन्नी तकड़ी सी ना बहुत ज़्यादा चीड़ा लाण सी वह मैनू इदा हों रहा डर लगता रहा भी कितने थ्रेसर कहने साफ्ट वगैरह ना तोड़ दे उस हिसाब न ही रखनी पैंती है थोड़ी चला वेले नहीं जिन्ना मर्जी सट लो मशीन में कोई परवाह नहीं इदा अपने एक सिस्टम कर फिर साफ्ट नवी पाई लिया के नवी पा के अपने गैल ड्रम वाली साफ्ट का बल कढ़िया बल कढ़ के नवी पा के शाम को मशीन ही चलती करती सी पांच छे दिन उस तो बाद फिर दिन तो सारा लंघ गया फिर अगले दिन मशीन चलाई उपर इदा का कम भाई जे देख लो तुसी जे कोई होर मशीन होंगी उन्हें साफ्ट ला देने से ये सैटिंग का यह फर्क होंगे देख लो साफ्ट बल पाता आए नहीं है भी साफ्ट टुट गई तो आप हम रिपेयर वेले भाई यदि साफ्ट दे दें मोटिया पर्दिया मोटिया पर दें कई बार तो देख लो तुम मैं इन्ना डर लगे रहा भी ये थ्रेसर ना कट्ठा कर दे बच्चे देख लो तुम इदा मशीन बनाई हुई अपनी टॉप क्लास पूरी
ਅਤੇ ਪੱਪੂ ਗਿਆ ਹੋਇਆ ਰੋਟੀ ਖਾਣ, ਬਸ ਲੱਗਿਆ ਹੋਇਆ ਸੀ ਹਵਾ ਮਾਰਨ। ਐਲੀਵੇਟਰ ਨੇ ਢੱਕਣ ਢੁੱਕਣ ਖੋਲ ਲਾ, ਢੱਕਣ ਖੋਲ ਕੇ ਨਾ ਆਏ ਕਰੀ ਹਵਾ ਮਾਰ ਕੇ, ਇਹਨੂੰ ਟੈਂਕ 'ਚ ਰੱਖਦੀ ਬਸ, ਬੈਲਟ ਤਾਰਦੀ ਉਹਦੇ ਦਾਣੇ ਵਾਲੀ, ਬੈਲਟ ਤਾਰ ਕੇ ਉਹ ਵੀ ਟੈਂਕ ਜੁੜਦੀ, ਇਹਦੀਆਂ ਕਟਰ ਵਾਲੀਆਂ ਬੈਲਟਾਂ ਨੇ ਉਹ ਵੀ ਟੈਂਕ ਜੁੜਦੀ, ਫਿਰ ਨਹੀਂ ਬੈਲਟਾਂ ਦਾ ਪਤਾ ਨਹੀਂ ਲੱਗਦਾ, ਰੁਲ ਜਾਂਦੀਆਂ। ਇਹ ਚੀਜ਼ ਦਾ ਵੀ ਬਾਈ ਧਿਆਨ ਰੱਖਣਾ ਪੈਂਦਾ, ਬੈਲਟਾਂ ਬੁਲਟਾਂ ਜਿਹੜੀ ਮਸ਼ੀਨ ਦੀਆਂ ਹੁੰਦੀਆਂ ਨੇ ਉਸੇ ਮਸ਼ੀਨ ਨਾਲ ਉਹਦੇ 'ਤੇ ਹੀ ਰੱਖਦੇ ਪਏ, ਨਹੀਂ ਹੁਣ ਜਿਵੇਂ ਤਿੰਨ ਨੇ ਜੇ ਇਕੱਠੀਆਂ ਕਰਕੇ ਰੱਖਤੀਆਂ ਬੈਲਟਾਂ ਰੁਲ ਜਾਂਦੀਆਂ ਨੇ। ਲੀਵਰ ਲਾਉਣਾ, ਹੁਣ ਲੀਵਰ ਲਾ ਦੇ, ਲਾ ਦੇ ਲੀਵਰ, ਉਹ ਢੱਕਣ ਖੋਲ੍ਹ ਕੇ ਲੀਵਰ ਲਾ ਕੇ ਬਸ ਹਵਾ ਮਾਰ ਕੇ ਚੱਲ, ਕੰਮ ਨਿਬੇੜ। ਖਾਲੀ ਹੋ ਗਈ ਮਸ਼ੀਨ ਵਿੱਚੋਂ, ਥੋੜ੍ਹੀ ਮੂਹਰੇ ਕਰ ਲਈ ਮਸ਼ੀਨ, ਮੂਹਰੇ ਕਰਕੇ ਲੀਵਰ ਲਾ ਦੇ, ਫਿਰ ਬਾਅਦ 'ਚੋਂ ਝਾੜੂ ਮਾਰ ਦਾਂਗੇ ਇੱਥੇ। ਖੜ ਜਾ, ਗੁੜਕਾ ਲੱਗਿਆ ਵਾ, ਚੱਲ ਮਾਰ ਸੈਲਫ। ਐਂ ਕੱਟ ਲਾਏ ਬਸ, ਕਰਦੇ ਹੋਰ ਮੂਹਰੇ ਕਰਦੇ ਥੋੜ੍ਹੀ, ਫਿਰ ਉਹ ਕਰਦੇ ਜਾਊਂਗੇ ਪਿੱਛੇ ਮਸ਼ੀਨਾਂ 'ਤੇ, ਬਸ ਮੈਂ ਪਿੰਨ ਕੱਢਦਾ ਚੈਂਬਰ ਥੋੜ੍ਹਾ ਥੱਲੇ ਕਰਕੇ ਨਾ, ਥੱਲੇ ਕਰਦੀ ਜਾਂ ਲੀਵਰ ਲੰਘ ਚੱਕੀ ਉੱਪਰ, ਚੱਲ ਲਾ ਦੇ ਲੀਵਰ। ਕਰਦੇ ਰੇਟ ਬਣਾਈ ਵਾਲੇ ਟੱਕ 'ਚ ਪਾ ਦੇ, ਇਹਦਾ ਵੀ ਲਾ ਦੇ, ਥੱਲੇ ਕਰਦੇ ਚੈਂਬਰ ਹੋਰ, ਥੱਲੇ ਕਰਦੇ ਕਰਦੇ ਕਰਦੇ, ਗੁੜਕੇ ਗੜ ਕੇ ਲਾ ਕੇ ਸਮਾਨ ਜਾਂ ਲਾ ਦੇ ਤੂੰ, ਚੱਕਦੇ ਸਾਰਾ ਸਮਾਨ, ਬਹੁਤ ਗਰਦ ਉੱਡਦੀ ਹੈ ਉਹ, ਬਹੁਤ ਗਰਦ ਉੱਡਦੀ ਹੈ, ਬਸ ਸਿੱਟ ਦੇ ਤੈਨੂੰ ਟਾਇਰ ਤੋਂ ਪਰ ਡਿੱਗੀ ਜਾ ਕੇ ਕਿਤੇ ਲੱਗੇ ਗੁੜਕੇ ਦੇ। ਚੱਲ ਬਸ ਹੱਥ ਜਾਂ ਮਾਰਦੇ ਟੂਲ 'ਤੇ, ਖੜਦੇ ਮਾਰਦੇ ਤੂੰ, ਇੱਦਾਂ ਬਾਈ ਇਕੱਲੀ ਇਕੱਲੀ ਚੀਜ਼ ਸਾਫ਼ ਕਰਕੇ ਖੜਾ ਦੇਵੇ, ਮਸ਼ੀਨ ਨੂੰ ਕੁਛ ਨਹੀਂ ਹੁੰਦਾ, ਨਾ ਛੇਤੀ ਜਰ ਲੱਗੇ ਨਾ ਗਲੇ ਮਸ਼ੀਨ। ਸਾਂਭ ਨਾਲੇ ਕੋਈ ਵੀ ਚੀਜ਼ ਆ ਸਾਂਭ ਨਾਲੇ ਬਚਦੀ ਆ, ਹੁਣ ਤੁਸੀਂ ਦੇਖ ਲਓ ਇਹਨੇ ਚੱਲਣਾ ਤਾਂ ਉਹੀ ਡੇਢ ਦੋ ਮਹੀਨੇ ਹੁੰਦਾ, ਬਾਅਦ 'ਚੋਂ ਤਿੰਨ ਚਾਰ ਮਹੀਨੇ ਚਾਰ ਮਹੀਨੇ ਖੜੀ ਹੀ ਰਹਿਣੀ। ਅਤੇ ਹੁਣ ਇਹਨੇ ਹੱਥ ਨਾਲ ਸਾਰੀ ਮੋਟੀ ਮੋਟੀ ਸਾਫ਼ ਕਰਤੀ ਕਰਕੇ, ਅਤੇ ਹੁਣ ਹਵਾ ਮਾਰ ਕੇ ਚੱਲ, ਕੰਮ ਨਿਬੇੜ ਕੇ ਸਾਈਡ 'ਚ ਲਾਈਏ। ਅਤੇ ਬਾਈ ਬਾਈਆਂ ਦੇ ਫੋਨ ਬਹੁਤ ਆਉਂਦੇ ਨੇ, ਬਹੁਤ ਪਿਆਰ ਕਰਦੇ ਨੇ ਆਪਾਂ ਨੂੰ ਵਿੱਚ, ਬਹੁਤ ਹਾਲ ਚਾਲ ਵੀ ਪੁੱਛਦੇ ਰਹਿੰਦੇ ਨੇ, ਮਸ਼ੀਨ ਬਾਰੇ ਵੀ ਨੌਲੇਜ ਲੈਂਦੇ ਰਹਿੰਦੇ ਨੇ, ਅਤੇ ਬਾਈ ਵਿੱਚ ਪੁੱਛਣ ਲੱਗ ਜਾਂਦੇ ਨੇ, ਕਈਆਂ ਨੇ ਕੰਬਾਈਨ ਲੈਣੀ ਹੁੰਦੀ ਆ ਨਵੀਂ, ਅਤੇ ਪੁੱਛਣ ਲੱਗ ਜਾਂਦੇ ਕਿਹੜੀ ਕੰਬਾਈਨ ਲਈਏ। ਕੰਬਾਈਨ ਤਾਂ ਬਾਈ ਜਿਹੜੀ ਮਰਜ਼ੀ ਲੈ ਲਓ, ਬਸ ਸਾਰੀਆਂ ਕੰਬਾਈਨਾਂ ਵਧੀਆ ਨੇ, ਕੋਈ ਕੰਬਾਈਨ ਮਾੜੀ ਨਹੀਂ ਹੈਗੀ, ਅਤੇ ਬੰਦੇ ਨੂੰ ਕੰਮ ਆਉਣਾ ਚਾਹੀਦਾ, ਜੇ ਆਪਾਂ ਨੂੰ ਕੰਮ ਨਹੀਂ ਆਉਂਦਾ ਫਿਰ ਤਾਂ ਤੁਸੀਂ ਦੇਖ ਲਓ ਕੰਪਨੀ ਵਾਲੇ ਵੀ ਨਹੀਂ ਚੱਲਣੀ। ਇਸ ਕਰਕੇ ਕੋਈ ਮਰਜ਼ੀ ਕੰਬਾਈਨ ਲੈ ਲਿਆ ਕਰੋ, ਸਾਰੀਆਂ ਵਧੀਆ ਨੇ, ਬਸ ਕੰਮ ਉਹਦਾ ਵਧੀਆ ਹੋ ਜਾਵੇ,
तरीके नाल हो जाए रिपेयर वधिया हो जाए नॉलेज बंदे नूं पता होना चाहिए हरेक चीज़ बारे। हुण तुसीं देख लो मेरे च एक इहो जी गल आ कोई मर्जी मशीनरी आ जिहड़ी मर्जी मशीनरी आ मैं उहदी थ्यूरी जद मेरे दिमाग च आ जाती है कि किवें इह बनी आ किवें बनाई हो ते किवें इहने कम करना कित्थों कित्थों की कम करूगी इस गल्लां दा भी देखो मैनू इस चीज़ की पूरी नॉलेज आ जिहड़ी मर्जी मशीनरी होवे हुण कंबाइन बारे कंबाइन तो आपां शुरू तो देखते आउंदे आ इह तां कोई हुण ज़्यादा वड्डी गल रही नहीं कंबाइन दा तां कंबाइन की तो हम बस अपन अपने वास्ते नॉर्मल जी गल है चला ला हाँ चला दे मार दे ते हुण लग्या पप्पू हवा मारन पहला हवा बना ला चला दे मोटर पहला उपर देखो भाई इदा बस कली कली चीज से हवा मार के बिल्कुल जो गर्द सुक्की होंगी है ना यह सुक्की हवा ना उड़ जाती है जो आप पानी मार दें पानी ना यह होर जम जाती है जिहड़ी जोड़ा जूड़ा बिच पै जाती है गर्द सारी वो बिच ला के पानी बस जो गर पै जाती है पहले टैंक च जा अंदरों साफ कर बारले पास जिदन मर्जी साफ कर ली टैंक च जा बिच कुंगड़ी ला लाते मुझे हाँ अं बंद कर ली पैप आ जाऊ पैप तो बहुत लंबा उसे फड़ा तेन इस तरी फाव पैप खड़ दे चल बाड़ बिच हवा तो बहुत बनती है ले फड़ इधरों मार पहला ले फड़ यार हाँ हूँ कर दर आ पंप पुंप तो डीजल वाले पंप तो अंदर भी मार दी तो अंदर गर्द पई होंगी खासी इतने आप मार के आ ट्रे कढ़ ली मीटर बक्स च बहुत ज्यादा गंद हों भर जाता है मारते मारते इतने अंदर कुड़िया ने अंदर मारते हाँ आ ट्रे कट ला भी उसी रखते परे उपर मार पहला उपर इतने वो थले इतने पूरे मार करते करते चंगी तरह साहब हूँ मार थले आ बस देखा कितना गंद है करते करते बहुत निकलता हाँ ला ला फट कर ला फट कर दिए भाई साफ सफाई करके मशीन ला दी अंदर तो हाँ जी मेरी आज की वीडियो इतने तक वीडियो देखने वास्ते सारे वीर धन्यवाद।